ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਜੀ ਨੇ ਅੱਜ ਭਾਰਤ ਦਾ ਬਜਟ ਪੇਸ਼ ਕੀਤਾ ਔਰ ਅੱਜ ਦੇ ਬਜਟ ਦੇ ਵਿੱਚ ਟੈਕਸ ਪੇਅਰਸ ਨੂੰ ਕੀ ਰਾਹਤ ਦਿੱਤੀ ਗਈ ਹੈ ਕਿ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਗਈ ਹੈ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਤੇ ਭਾਰਤ ਸਰਕਾਰ ਨੇ ਕਿਸ ਖੇਤਰ ਨੂੰ ਫੰਡਾਂ ਦਾ ਜਿਹੜਾ ਹੈ ਤੋਹਫਾ ਦਿੱਤਾ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਜਿਹੜੇ ਆਮ ਲੋਕ ਨੇ ਇਸ ਗੱਲ ਵੱਲ ਬੜੀ ਗੌਰ ਨਾਲ ਦੇਖ ਰਹੇ ਸਨ ਕਿ ਅੱਜ ਦੇ ਬਜਟ ਦੇ ਵਿੱਚ ਜਿਹੜੇ ਨਿਰਮਲਾ ਸੀਤਾ ਰਮਨ ਜੀ ਨੇ ਕੀ ਉਹਨਾਂ ਨੇ ਟੈਕਸ ਦੇ ਵਿੱਚ ਕੋਈ ਰਾਹਤ ਦਿੱਤੀ ਹੈ ਜਾਂ ਫਿਰ ਨਹੀਂ ਕਿਉਂਕਿ ਬਹੁਤ ਸਾਰਾ ਜਿਹੜਾ ਤਬਕਾ ਹੈ ਮਲਾਜ਼ਮਾ ਦਾ ਪੈਨਸ਼ਨਰਸ ਦਾ ਜਾਂ ਫਿਰ ਮਿਡਲ ਕਲਾਸ ਦੀ ਗੱਲ ਕਰੀਏ ਤਾਂ ਉਹ ਟੈਕਸ ਦੀ ਰਾਹਤ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਸੂਈ ਸੋ ਅੱਜ ਟੈਕਸ ਦੇ ਵਿੱਚ ਰਾਹਤ ਜ਼ਰੂਰ ਦਿੱਤੀ ਗਈ ਹੈ ਪਰ ਮੈਂ ਦੱਸਦਾ ਕਿ ਟੈਕਸ ਰਾਹਤ ਜਿਹੜੀ ਹੈ ਸਿਰਫ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਹੀ ਦਿੱਤੀ ਗਈ ਹੈ ਯਾਨੀ ਕਿ ਜਿਹੜੇ ਟੈਕਸ ਦੀ ਰਿਟਰਨ ਫਾਈਲ ਕਰਦੇ ਨੇ ਜਿਹੜੇ ਮਲਾਜ਼ਮ ਨੇ ਜਿਹੜੇ ਆਮ ਲੋਕ ਨੇ ਉਹ ਇਸ ਗੱਲ ਨੂੰ ਜਾਣੂ ਨੇ ਕਿ ਇਸ ਵਕਤ ਭਾਰਤ ਦੇ ਵਿੱਚ ਦੋ ਟੈਕਸ ਰੈਜ਼ਾਈਮ ਜਿਹੜੇ ਚੱਲ ਰਹੇ ਨੇ 올ਡ ਟੈਕਸ ਰੈਜ਼ਾਈਮ ਤੇ ਨਿਊ ਟੈਕਸ ਰੈਜ਼ਾਈਮ ਸੋ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਜਿਹੜੇ ਹੈ ਚੇਂजेस ਕੀਤੇ ਗਏ ਨੇ ਬਦਲਾਵ ਕੀਤੇ ਗਏ ਨੇ ਮੈਂ ਦੱਸਦਾ ਕਿ 3 ਲੱਖ ਤੱਕ ਪਹਿਲਾਂ ਦੀ ਤਰ੍ਹਾਂ ਕੋਈ ਵੀ ਟੈਕਸ ਜਿਹੜਾ ਹੈ ਉਹ ਨਹੀਂ ਦੇਣਾ ਹੋਵੇਗਾ ਪਰ ਅੱਗੇ ਜਿਹੜੀ ਸਲੈਬਸ ਦੀ ਗੱਲ ਕਰੀਏ ਤਾਂ ਪਹਿਲਾਂ 3 ਤੋਂ 6 ਲੱਖ ਤੱਕ ਜਿੱਥੇ 5% ਟੈਕਸ ਲਿਆ ਜਾਂਦਾ ਸੀ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਤੇ ਹੁਣ ਜੇਕਰ ਗੱਲ ਕਰੀਏ ਤਾਂ 3 ਲੱਖ ਤੋਂ 7 ਲੱਖ ਤੱਕ ਯਾਨੀ ਕਿ 6 ਦੀ ਥਾਂ ਤੇ 7 ਲੱਖ ਹੋ ਗਿਆ 7 ਲੱਖ ਤੱਕ 3 ਤੋਂ 7 ਲੱਖ ਤੱਕ ਜਿਹੜਾ ਹੈ 5% ਟੈਕਸ ਦੇਣਾ ਹੋਵੇਗਾ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਬਾਕੀ ਜਿਹੜੀ ਸਲੈਬਸ ਦੀ ਗੱਲ ਕਰੀਏ ਤਾਂ 7 ਤੋਂ 10 ਲੱਖ ਤੱਕ 10% 10 ਲੱਖ ਤੋਂ 12 ਲੱਖ ਤੱਕ 15% 12 ਲੱਖ ਤੋਂ 15 ਲੱਖ ਤੱਕ 20% ਤੇ 15 ਲੱਖ ਤੋਂ ਉਪਰ ਆਮਦਨ ਤੇ 30% ਟੈਕਸ ਜਿਹੜਾ ਹੈ ਉਹ ਦੇਣਾ ਹੋਵੇਗਾ ਮੈਂ ਗੱਲ ਕਰ ਰਿਹਾ ਇਨਕਮ ਟੈਕਸ ਦੀ ਸੋ 올ਡ ਟੈਕਸ ਰੈਜ਼ਾਈਮ ਦੀ ਜੇਕਰ ਗੱਲ ਕਰੀਏ ਦੋਸਤੋ ਤਾਂ 올ਡ ਟੈਕਸ ਰੈਜ਼ਾਈਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾਅ ਜਿਹੜਾ ਹੈ ਅੱਜ ਬਜਟ ਦੇ ਵਿੱਚ ਨਹੀਂ ਕੀਤਾ ਗਿਆ ਔਰ ਇਸ ਨੂੰ ਲੈ ਕੇ ਜਿਹੜੇ ਨਿਰਮਲਾ ਸੀਤਾਰਮਨ ਜੀ ਨੇ ਬਾਅਦ ਦੇ ਵਿੱਚ ਉਹਨਾਂ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਵੀ ਪੁੱਛਿਆ ਗਿਆ ਕਿਉਂਕਿ ਲਗਾਤਾਰ ਪਿਛਲੇ 3 ਸਾਲ ਤੋਂ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਜਿਹੜੇ ਨੇ ਚੇਂਜੇਸ ਹੋ ਰਹੇ ਨੇ ਬਦਲਾਅ ਹੋ ਰਹੇ ਨੇ ਆ ਕਿ 올ਡ ਟੈਕਸ ਰੈਜ਼ਾਈਮ ਨੂੰ ਜਿਹੜਾ ਹੈ ਉਹ ਸਦਾ ਲਈ ਖਤਮ ਕਰ ਦਿੱਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਵਾਬ ਜਿਹੜਾ ਹੈ ਵਿੱਤ ਮੰਤਰੀ ਜੀ ਨੇ ਹੀ ਦਿੱਤਾ ਕਿ ਅੱਜ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ 올ਡ ਟੈਕਸ ਰੈਜ਼ਾਈਮ ਨੂੰ ਸੁਖਾਲਾ ਕਰਨੀ ਸੁਖਾ ਕਰਨ ਦੇ ਲਈ ਜਿਹੜਾ ਨਿਊ ਟੈਕਸ ਰੈਜ਼ਾਈਮ ਉਹ ਲੈ ਕੇ ਆਏ ਨੇ ਤੇ ਲਗਾਤਾਰ ਇਸ ਨੂੰ ਹੋਰ ਸੁਖਾ ਕਰ ਰਹੇ ਨੇ ਸੋ ਇਸ਼ਾਰਾ ਕਿਤਨਾ ਕਿਤੇ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਓਲਡ ਟੈਕਸ ਰੈਜ਼ਾਈਮ ਜਿਹੜਾ ਹੈ ਉਹ ਖਤਮ ਕੀਤਾ ਜਾ ਸਕਦਾ ਹੈ ਔਰ ਇਹ ਵੀ ਦੱਸਿਆ ਗਿਆ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਸ ਵਾਰ ਜਿਹੜੇ ਲਗਭਗ 4 ਕਰੋੜ ਲੋਕਾਂ ਨੇ ਜਿਹੜੀ ਰਿਟਰਨ ਫਾਈਲ ਕੀਤੀ ਹੈ ਉਸ ਵਿੱਚ 70% ਲੋਕ ਅਜਿਹੇ ਨੇ ਜਿਨ੍ਹਾਂ ਨੇ ਨਿਊ ਟੈਕਸ ਰੈਜ਼ਾਈਮ ਦੀ ਚੋਣ ਕੀਤੀ ਹੈ ਇਸ ਤੋਂ ਇਲਾਵਾ ਦੋਸਤੋ ਮੈਂ ਦੱਸਣਾ ਕਿ ਸਟੈਂਡਰਡ ਡਿਡਕਸ਼ਨ ਦਾ ਲਾਭ ਜਿੱਥੇ ਪਹਿਲਾਂ 50000 ਰੁਪਏ ਮਿਲ ਰਿਹਾ ਸੀ ਉਸ ਨੂੰ ਵੀ ਵਧਾ ਕੇ ਹੁਣ 75000 ਰੁਪਏ ਕਰ ਦਿੱਤਾ ਹੈ ਪਰ ਇਸ ਦਾ ਲਾਭ ਵੀ ਤੁਹਾਨੂੰ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਹੀ ਮਿਲੇਗਾ ਔਰ ਇਸੇ ਨਾਲ ਹੀ ਪੈਨਸ਼ਨ ਦੇ ਵਿੱਚ ਜਿੱਥੇ ਪਹਿਲਾਂ ਡਿਡਕਸ਼ਨ ਦਾ ਲਾਭ ਤੁਹਾਨੂੰ 15000 ਤੇ ਮਿਲਦਾ ਸੀ ਉਨੋਂ ਉਸ ਨੂੰ ਵੀ ਵਧਾ ਕੇ 25000 ਸੀ ਇਨਕਮ ਟੈਕਸ ਦੇ ਵਿੱਚ ਬਦਲਾਵ ਦੀ ਗੱਲ ਕਰੀਏ ਚੇਂजेस ਦੀ ਗੱਲ ਕਰੀਏ ਤਾਂ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਹੀ ਜਿਹੜੇ ਨੇ ਬਦਲਾਵ ਕੀਤੇ ਗਏ ਨੇ ਓਲਟੈਕਸ ਰੈਜ਼ਾਈਮ ਦੇ ਵਿੱਚ ਕੋਈ ਵੀ ਚੇਂजेस ਇਸ ਵਾਰ ਦੇ ਬਜਟ ਦੇ ਵਿੱਚ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਦੋਸਤੋ ਮੁਲਾਜ਼ਮਾਂ ਦੇ ਲਈ ਇੱਕ ਕਹਿ ਸਕਦੇ ਹਾਂ ਕਿ ਵੱਡੀ ਖਬਰ ਹੈ ਪੁਰਾਣੀ ਪੈਨਸ਼ਨ ਨੂੰ ਲੈ ਕੇ ਲਗਾਤਾਰ ਇਹ ਗੱਲਬਾਤ ਜਿਹੜੀ ਆ ਰਹੀ ਸੀ ਕਿ ਜਿਹੜੇ ਵਿੱਤ ਮੰਤਰੀ ਨੇ ਹੋ ਸਕਦਾ ਹੈ ਕਿ ਐਨਪੀਐਸ ਦੇ ਵਿੱਚ ਕੋਈ ਬਦਲਾਵ ਕਰਕੇ 50% ਦੀ ਗਾਰੰਟੀ ਜਿਹੜੇ ਨੇ ਇਸ ਵਾਰ ਉਹ ਬਜਟ ਦੇ ਵਿੱਚ ਦੇ ਸਕਦੇ ਨੇ ਪਰ ਇਸ ਨੂੰ ਲੈ ਕੇ ਕੋਈ ਐਲਾਨ ਜਿਹੜਾ ਹੈ ਅੱਜ ਨਹੀਂ ਕੀਤਾ ਗਿਆ ਪਰ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਜ਼ਰੂਰ ਦੱਸਿਆ ਗਿਆ ਕਿ ਪ੍ਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਸਰਕਾਰ ਕੋਈ ਕਦਮ ਨਹੀਂ ਚੁੱਕਣ ਜਾ ਰਹੀ ਯਾਨੀ ਕਿ ਸਰਕਾਰ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕਰਨ ਜਾ ਰਹੀ ਸੋ ਕੇਂਦਰ ਸਰਕਾਰ ਦਾ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਸਾਫ਼ ਤੇ ਕੋਰਾ ਜਵਾਬ ਜਿਹੜਾ ਹੈ ਅੱਜ ਬਜਟ ਸੈਸ਼ਨ ਦੌਰਾਨ ਦਿੱਤਾ ਗਿਆ ਦੋਸਤੋ ਜੇਕਰ ਅਸੀਂ ਸ਼ੇਅਰ ਮਾਰਕੀਟ ਦੀ ਗੱਲ ਕਰੀਏ ਜਿਹੜੇ ਲੋਕ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੇ ਇਨਵੈਸਟ ਕਰਦੇ ਨੇ ਮਿਚੁਅਲ ਫੰਡਾਂ ਦੇ ਵਿੱਚ ਇਨਵੈਸਟ ਕਰਦੇ ਨੇ ਮੈਂ ਦੱਸਦਾ ਕਿ ਸ਼ਾਰਟ ਟਰਮ ਕੈਪੀਟਲ ਗੇਨ ਤੇ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਵਾਦਾ ਕੀਤਾ ਗਿਆ ਹੈ ਅੱਜ ਦੇ ਬਜਟ ਦੇ ਵਿੱਚ ਜਿੱਥੇ ਸ਼ਾਰਟ ਟਰਮ ਕੈਪੀਟਲ ਗੇਨ ਨੂੰ 15% ਤੋਂ ਵਧਾ ਕੇ 20% ਕੀਤਾ ਗਿਆ ਉਸੇ ਤਰ੍ਹਾਂ ਹੀ ਲੌਂਗ ਟਰਮ ਕੈਪੀਟਲ ਗੇਨ ਨੂੰ ਵਧਾ ਕੇ 10 ਤੋਂ 12.5% ਕਰ ਦਿੱਤਾ ਗਿਆ ਔਰ ਇਸ ਦੇ ਨਾਲ ਹੀ ਜੇਕਰ ਲੌਂਗ ਟਰਮ ਕੈਪੀਟਲ ਗੇਨ ਦੇ ਵਿੱਚ ਐਗਜ਼ੈਂਪਸ਼ਨ ਦੀ ਗੱਲ ਕਰੀਏ ਤਾਂ ਸਵਾ ਲੱਖ ਤੱਕ ਦੇ ਜਿਹੜੇ ਪ੍ਰੋਫਿਟ ਹੈ ਉਹਦੇ ਤੇ ਕੋਈ ਵੀ ਟੈਕਸ ਨਹੀਂ ਦੇਣਾ ਹੋਵੇਗਾ ਇਸ ਤੋਂ ਇਲਾਵਾ ਦੋਸਤੋ ਜੇਕਰ ਗੱਲ ਕਰੀਏ ਕਿ ਅੱਜ ਦੇ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਹੋਈਆਂ ਜਾਂ ਫਿਰ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਅ ਮੁੱਖ ਤੌਰ ਤੇ ਦੱਸ ਦਈਏ ਕਿ ਅ ਅੱਜ ਦੇ ਬਜਟ ਦੇ ਵਿੱਚ ਮੋਬਾਈਲ ਨੂੰ ਲੈ ਕੇ ਮੋਬਾਈਲ ਫੋਨਸ ਤੇ ਮੋਬਾਈਲ ਚਾਰਜਰਸ ਨੂੰ ਲੈ ਕੇ ਜਿਹੜਾ ਹੈ ਉਹ ਵੱਡਾ ਐਲਾਨ ਕੀਤਾ ਗਿਆ ਅ ਟੈਕਸ ਦੀ ਜਿਹੜੀ ਹੈ ਇਹਦੇ ਵਿੱਚ ਕਟੌਤੀ ਕੀਤੀ ਗਈ ਜਿਸ ਨਾਲ ਮੋਬਾਈਲ ਫੋਨ ਮੋਬਾਈਲ ਪਾਰਟਸ ਜਿਹੜੇ ਨੇ ਜਾਂ ਫਿਰ ਇਹਨਾਂ ਦੀਆਂ ਬੈਟਰੀਆਂ ਜਣੀਆਂ ਨੇ ਉਹ ਸਸhtੀਆਂ ਹੋ ਜਾਣਗੀਆਂ ਭਵਿੱਖ ਦੇ ਵਿੱਚ ਔਰ ਇਸ ਦੇ ਨਾਲ ਹੀ ਸੋਲਰ ਸੈੱਟ ਕੁਝ ਕੈਂਸਰ ਮੈਡੀਸਿਨ ਨੇ ਜਿਨ੍ਹਾਂ ਨੂੰ ਜਿਹੜਾ ਸਸਤੀਆਂ ਹੋ ਜਾਣਗੇ ਅੱਜ ਦੇ ਬਜਟ ਤੋਂ ਬਾਅਦ ਉਸੇ ਤਰ੍ਹਾਂ ਹੀ 골ਡ ਅਤੇ ਸਿਲਵਰ ਦੇ ਰੇਟਾਂ ਦੇ ਵਿੱਚ ਵੀ ਜਿਹੜੀ ਹੈ ਉਹ ਕਮੀ ਆਵੇਗੀ ਐਕਸ-ਰੇ ਇਕਵਿਪਮੈਂਟਸ ਇਲੈਕਟ੍ਰਿਕ ਕਾਰਸ ਲਿਥੀਅਮ ਬੈਟਰੀ ਔਰ 25 ਤਰ੍ਹਾਂ ਦੇ ਕੁਝ ਅਸੈਂਸ਼ੀਅਲ ਮਿਨਰਲਸ ਨੇ ਜਿਨ੍ਹਾਂ ਦੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਘਟ ਸਕਦੇ ਨੇ ਪਲਾਸਟਿਕ ਅਤੇ ਟੈਲੀਕਮ ਇਕਵਿਪਮੈਂਟ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੀਆਂ ਹੋ ਸਕਦੀਆਂ ਨੇ ਇਸ ਦੇ ਨਾਲ ਹੀ ਅ ਅੱਜ ਯੂਥ ਦੇ ਲਈ ਵੀ ਕਾਫੀ ਵੱਡੇ ਐਲਾਨ ਕੀਤੇ ਗਏ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਕ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਜਿੰਨੇ ਵੀ ਅ ਏਮਪਲਾਈਜ਼ ਆ ਪਹਿਲੀ ਵਾਰੀ ਕਿਸੇ ਵੀ ਏਮਪਲੋਇਮੈਂਟ ਦੇ ਵਿੱਚ ਇੰਡਕਟ ਹੋਣਗੇ ਉਹਨਾਂ ਨੂੰ ਪਹਿਲੀ ਸੈਲਰੀ ਜਾਂ ਫਿਰ 15000 ਤੱਕ ਜਿਹੜਾ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਵੇਗਾ ਔਰ ਇਹ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਇਸ ਲਈ ਸ਼ਰਤ ਇਹ ਹੈ ਕਿ ਜਿਹੜਾ EMPLY ਹੈ ਉਸ ਨੂੰ EPFO ਦੇ ਵਿੱਚ ਰਜਿਸਟਰਡ ਹੋਣਾ ਜਿਹੜਾ ਹੈ ਲਾਜ਼ਮੀ ਹੈ ਔਰ ਇਸ ਦੇ ਨਾਲ ਹੀ ਭਾਰਤ ਦੇ ਕਈ ਵੱਡੇ ਇੰਸਟੀਚਿਊਟਸ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਵਿਦਿਆਰਥੀਆਂ ਨੂੰ ਲੋਨ ਦੀ ਸੁਵਿਧਾ ਜਿਹੜੀ ਹੈ ਉਹ ਸਰਕਾਰ ਮੁਹੱਈਆ ਕਰਾਵੇਗੀ ਔਰ ਇਸ ਤੋਂ ਇਲਾਵਾ ਇੱਕ ਵੱਡਾ ਐਲਾਨ ਕੀਤਾ ਗਿਆ ਇੰਟਰਨਸ਼ਿਪ ਨੂੰ ਲੈ ਕੇ ਇਹ ਅੱਜ ਨਿਰਮਲਾ ਸੀਤਾ ਰਮਨਜੀ ਨੇ ਦੱਸਿਆ ਕਿ ਭਾਰਤ ਸਰਕਾਰ 1 ਕਰੋੜ ਦੇ ਕਰੀਬ ਯੂਥ ਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਭਾਰਤ ਦੀਆਂ 500 ਟਾਪ ਕੰਪਨੀ ਦੇ ਵਿੱਚ ਇੰਟਰਨਸ਼ਿਪ ਦੀ ਸਹੂਲਤ ਦਿੱਤੀ ਜਾਵੇਗੀ 12 ਮਹੀਨਿਆਂ ਤੱਕ ਹਰ ਮਹੀਨੇ 5000 ਰੁਪਏ ਸਟਾਈਫਨ ਦਿੱਤਾ ਜਾਵੇਗਾ ਔਰ ਵਨ ਟਾਈਮ 6000 ਰੁਪਏ ਜਿਹੜਾ ਹੈ ਇਹਨਾਂ ਨੂੰ ਬਤੌਰ ਸਹੂਲਤ ਦਿੱਤਾ ਜਾਵੇਗਾ ਸੋ ਇੱਕ ਵੱਡਾ ਐਲਾਨ ਜਿਹੜਾ ਯੂਥ ਦੇ ਲਈ ਅੱਜ ਦੇ ਬਜਟ ਦੇ ਵਿੱਚ ਕੀਤਾ ਗਿਆ ਹੈ ਮੁੱਖ ਤੌਰ ਤੇ ਦੋਸਤੋ ਦਸੀਏ ਤਾਂ ਅੱਜ ਦੇ ਬਜਟ ਦੇ ਵਿੱਚ ਮਹਿਲਾਵਾਂ ਦੇ ਲਈ ਵੀ ਜਿਹੜਾ ਹੈ ਵੱਡਾ ਐਲਾਨ ਕੀਤਾ ਗਿਆ ਔਰ ਦੱਸਿਆ ਗਿਆ ਕਿ ਮਹਿਲਾਵਾਂ ਦੇ ਵਿਕਾਸ ਤੇ ਲਈ ਜਿਹੜੀ ਹੈ ਵੱਡੀ ਅਲੋਕੇਸ਼ਨ ਬਜਟ ਦੇ ਵਿੱਚ ਕੀਤੀ ਗਈ ਹੈ ਸੋ ਲਗਾਤਾਰ ਅੱਜ ਦੇ ਬਜਟ ਵੱਲ ਬਹੁਤ ਸਾਰੇ ਆਮ ਲੋਕ ਤੇ ਮਿਡਲ ਕਲਾਸ ਦੇਖ ਰਹੇ ਸਨ ਕਿ ਸ਼ਾਇਦ ਟੈਕਸ ਦੇ ਵਿੱਚ ਕੋਈ ਛੋਟ ਹੋਵੇਗੀ ਜਾਂ ਫਿਰ ਕੋਈ ਵੱਡਾ ਐਲਾਨ ਜਿਹੜਾ ਪੁਰਾਣੀ ਪੈਨਸ਼ਨ ਨੂੰ ਲੈ ਕੇ ਹੋਵੇਗਾ ਜਾਂ ਫਿਰ ਕੋਈ ਫਾਈਨੈਂਸ਼ੀਅਲ ਸਕੀਮ ਜਿਹੜੀ ਆ ਸ਼ੁਰੂਆਤ ਜਿਹੜੀ ਹੈ ਇਸ ਤੇ ਕੀਤੀ ਜਾ ਸਕੇਗੀ ਪਰ ਇਸ ਤਰ੍ਹਾਂ ਦਾ ਕੋਈ ਵੱਡਾ ਐਲਾਨ ਜ਼ਰੂਰ ਨਹੀਂ ਕੀਤਾ ਗਿਆ ਪਰ ਨਿਊ ਟੈਕਸ ਰੈਜ਼ਾਈਮ ਦੇ ਵਿੱਚ ਟੈਕਸ ਸਲੈਬ ਨੇ ਉਹ ਚੇਂਜ ਕਰ ਦਿੱਤੇ ਗਏ ਨੇ ਕੁਝ ਰਾਹਤ ਜਿਹੜੀ ਐ ਉਹ ਦਿੱਤੀ ਗਈ ਹੈ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਵਾਲਿਆਂ ਵਾਸਤੇ ਜਿਹੜੀ ਚੰਗੀ ਖਬਰ ਨਹੀਂ ਹੈ ਕਿਉਂਕਿ ਲੌਂਗ ਟਰਮ ਕੈਪੀਟਲ ਗੇਨ ਤੇ ਸ਼ਾਰਟ ਟਰਮ ਕੈਪੀਟਲ ਗੇਨ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਪੁਰਾਣੀ ਪੈਨਸ਼ਨ ਨੂੰ ਸਰਕਾਰ ਨੇ ਲਾਗੂ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਸਵਾਸ ਕਰਦੇ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੇ ਵੀਡੀਓ ਤੁਹਾਨੂੰ ਵਧੀਆ ਲੱਗਣੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ